ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲੀ ਗੋੜਾ ਬਾਣੀ ਭਗਤ ਨਾਮਦੇਵ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਨਾਮਦੇਵ ਜੀ ਦੇ ਪਾਸ ਕਿਸੇ ਕ੍ਰਿਸ਼ਨ ਉਪਾਸ਼ਕ ਨੇ ਆ ਕੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਕ੍ਰਿਸ਼ਨ ਮਹਾਰਾਜ ਜੀ ਦੀ ਕੁਝ ਸਿਫਤ ਸੁਣਾਓ ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਆਖਦੇ ਹਨ ਤਨ ਤਨ ਉਹ ਰਾਮ ਵੇਨ ਬਾਜਾ ਹੈ ਬਲਰਾਮ ਜੀ ਦੇ ਭਾਈ ਜੋ ਕ੍ਰਿਸ਼ਨ ਭਗਵਾਨ ਜੀ ਹਨ ਉਹ ਧਨਤਾ ਜੋਗ ਹਨ ਜੋ ਬੰਸਰੀ ਵਜਾਉਂਦੇ ਹਨ ਇੱਥੇ ਆਮ ਦਾ ਅਰਥ ਕ੍ਰਿਸ਼ਨ ਜੀ ਹੈ ਕ੍ਰਿਸ਼ਨ ਜੀ ਧਨ ਹਨ ਅਤੇ ਜੋ ਬੰਸਰੀ ਉਹ ਵਜਾਉਂਦੇ ਹਨ ਉਹ ਬੰਸਰੀ ਵੀ ਧਨ ਹੈ ਜੋ ਕ੍ਰਿਸ਼ਨ ਜੀ ਦੇ ਮੂੰਹ ਨਾਲ ਲੱਗ ਗਈ ਹੈ ਮਧੁਰ ਮਧੁਰ ਧਨ ਅਨਹਤ ਗਾਜ ਰਹਾਉ ਜਿਸ ਬੰਸਰੀ ਦੀ ਮਧੁਰ ਮਧੁਰ ਮਿੱਠੀ ਮਿੱਠੀ ਤਨ ਇੱਕ ਰਸ ਪ੍ਰਗਟ ਹੋ ਰਹੀ ਹੈ ਜਿਸ ਤੁਨ ਨੂੰ ਸੁਣ ਕੇ ਜੜ ਚੇਤਨ ਤੇ ਚੇਤਨ ਜੜ ਹੋ ਜਾਂਦੇ ਸੰ ਕਲਗੀਧਰ ਪਾਸ਼ਾ ਨੇ ਕ੍ਰਿਸ਼ਨਾ ਅਵਤਾਰ ਵਿੱਚ ਲਿਖਿਆ ਹੈ ਜੋ ਜੜ ਸਰੋਨਾ ਨ ਮੈਂ ਸੁਣ ਕੈ ਤੁਨ ਤਿਆ ਕੈ ਤਾਮ ਤਹਾ ਕਹਤਾ ਵੈ ਜੋ ਖਗ ਜਾਤ ਉੜੇ ਨਭ ਮੈਂ ਸੁਨ ਠਾਂੜ ਰਹਾ ਤੁਨ ਜੋ ਸੁਨ ਪਾਵੇ ਦੋਹਰਾ ਕ੍ਰਿਸ਼ਨ ਮਨ ਅਤ ਰੀਜ ਕੈ मुरली उठ्यो बजाए रीज रही सब गोपिया महाप्रमोद मन पाए सवैया रीज रही ब्रिज की सब पामन जो मुरली नंद लाल बजाई रीज रहे बन के खग ओ मृग रहे धुन जा सुन पाई चित्र की होए गई पितमा सब श्याम की ओर रही लिवलाई नीर बह नहीं कांत्रिया सुनके सुन कै ਹੈ ਪੌਨ ਰਹੇ ਹੋ ਉਰਝਾਈ ਅਗੇ ਨਾਮਦੇਵ ਜੀ ਫਰਮਾਉਂਦੇ ਹਨ ਤਨ ਤਨ ਮੇਘਾ ਰੁਮਾਵਲੀ ਤਨ ਤਨ ਕ੍ਰਿਸ਼ਨ ਓਡਾ ਕਾਂਬਲੀ ਉਹ ਮੇਗਾ ਭੇਡੂ ਵੀ ਤਨ ਹਨ ਅਤੇ ਉਸ ਦੀ ਰੁਮਾਵਲੀ ਰੋਮਾਂ ਦੀ ਪੰਕਤੀ ਵੀ ਤਨ ਹੈ ਜਿਨ੍ਹਾਂ ਰੋਮਾਂ ਦੀ ਕੰਬਲੀ ਬਣੀ ਹੈ ਕ੍ਰਿਸ਼ਨ ਜੀ ਤਨ ਹਨ ਕ੍ਰਿਸ਼ਨ ਜੀ ਨੇ ਜਿਹੜੀ ਕੰਬਲੀ ਪਹਿਨੀ ਹੈ ਉਹ ਵੀ ਤਨ ਹੈ ਭਾਵ ਕ੍ਰਿਸ਼ਨ ਜੀ ਦੇ ਅੰਗਾਂ ਨਾਲ ਜੋ ਵੀ ਵਸਤੂ ਲੱਗੀ ਹੈ ਉਹ ਸਭ ਧਨਤਾ ਦੇ ਯੋਗ ਹੈ ਫਿਰ ਅੱਗੇ ਫਰਮਾਉਂਦੇ ਹਨ ਧਨ ਧਨ ਤੂੰ ਮਾਤਾ ਦੇਵਕੀ ਜਹ ਗ੍ਰਹਿ ਰਮਈਆ ਕਬਲਾਪਤੀ ਕ੍ਰਿਸ਼ਨ ਜੀ ਦੇ ਪਿਤਾ ਜੀ ਪਿਤਾ ਵਾਸਦੇਵ ਵੀ ਧਨ ਹਨ ਅਤੇ ਮਾਤਾ ਜੀ ਮਾਤਾ ਦੇਵਕੀ ਜੀ ਵੀ ਧਨ ਹਨ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਉਹ ਪਿਤਾ ਤੇ ਮਾਤਾ ਵੀ ਧਨ ਹਨ ਜਿਨ੍ਹਾਂ ਦੇ ਘਰ ਵਿੱਚ ਲక్ష్ਮੀਪਤੀ ਪਰਮੇਸ਼ਰ ਆਪ ਪੁੱਤਰ ਬਣ ਕੇ ਆਇਆ ਹੈ ਧਨ ਧਨ ਬਨਖੰਡ ਬ੍ਰਿੰਦਾਬਨਾਂ ਜਹ ਖੇਲਾ ਸ਼੍ਰੀ ਨਰਾਇਣਾ ਜਿਹੜਾ ਬ੍ਰਿੰਦਾਬਨ ਦਾ ਸਥਾਨ ਹੈ ਉਹ ਵੀ ਧਨਤਾ ਯੋਗ ਹੈ ਜਿਸ ਬ੍ਰਿੰਦਾਬਨ ਵਿੱਚ ਸ਼੍ਰੀ ਨਰਾਇਣਾ ਪਾਪ ਪਰਮਾਤਮਾ ਆਪ ਕ੍ਰਿਸ਼ਨ ਜੀ ਰੂਪ ਹੋ ਕੇ ਰਾਸ ਲੀਲਾ ਖੇਡਦੇ ਰਹੇ ਬੇਨ ਬਜਾਵਾਂ ਗੋਤਨ ਚਰੈ ਜਮਨਾ ਨਦੀ ਦੇ ਕਿਨਾਰੇ ਬੰਸਰੀ ਵਜਾਦੇ ਹਨ ਤੇ ਗਊਆਂ ਰੂਪੀ ਧੰਨ ਨੂੰ ਹਰੇ-ਹਰੇ ਕਾ ਉੱਪਰ ਚਰਾਉਂਦੇ ਹਨ ਅੰਤ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਹਨ ਨਾਮੇ ਕਾ ਸੁਆਮੀ ਆਨੰਦ ਕਰੈ ਮੈਂ ਨਾਮੇ ਦਾ ਸੁਆਮੀ ਕ੍ਰਿਸ਼ਨ ਭਗਵਾਨ ਖੂਬ ਆਨੰਦ ਲੈਣਾ ਕਰ ਰਿਹਾ ਹੈ ਕਈ ਮਹਾਪੁਰਸ਼ ਇਸ ਸ਼ਬਦ ਦਾ ਅਰਥ ਇਹ ਵੀ ਕਰਦੇ ਹਨ ਧੰਨ ਧੰਨ ਔਰ ਆਮ ਬੇਨ ਬਾਜਾ ਮਧੁਰ ਮਧੁਰ ਧੁਨ ਅਨਹਦ ਗਾਜੈ ਉਹ ਰਮਿਆ ਹੋਇਆ ਰਾਮ ਤੰਤਾ ਦੇ ਜੋਗ ਹੈ ਜਿਸ ਦੀ ਚੇਤਨ ਸੱਤਾ ਰੂਪੀ ਬੰਸਰੀ ਸਭ ਘਟ ਘਟ ਵਿੱਚ ਵੱਜ ਰਹੀ ਹੈ ਬ੍ਰਹਮਾਨੰਦ ਰੂਪੀ ਰਸ ਦੇ ਦੇਣ ਵਾਲੀ ਮਿੱਠੀ ਮਿੱਠੀ ਧੁਨ ਚੇਤਨ ਸੱਤਾ ਦੀ ਅਨਹਦ ਗਾਜੈ ਇੱਕ ਰਸ ਪ੍ਰਗਟ ਹੋ ਰਹੀ ਹੈ ਸੋ ਸਾ ਸੰਗਤ ਜੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਭਗਤ ਨਾਮਦੇਵ ਜੀ ਦੀ ਬਾਣੀ ਅੰਗ 988 ਉੱਪਰ ਅੰਕਿਤ ਕੀਤੀ ਹੈ ਜਿਸ ਵਿੱਚ ਕ੍ਰਿਸ਼ਨ ਜੀ ਦੀ ਉਪਮਾ ਕੀਤੀ ਗਈ ਹੈ ਅਤੇ ਨਾਲ ਹੀ ਕ੍ਰਿਸ਼ਨ ਜੀ ਦੇ ਮਾਤਾ ਪਿਤਾ ਵਾਸudev ਜੀ ਅਤੇ ਦੇਵਕੀ ਜੀ ਦੀ ਉਪਮਾ ਕੀਤੀ ਗਈ ਹੈ ਸਾਧ ਸੰਗਤ ਜੀ ਕਈ ਸਿੰਘ ਜਿਹੜੇ ਬਹੁਤ ਕਟੜ ਹਨ ਉਹ ਇਹ ਆਮ ਕਹਿ ਦਿੰਦੇ ਹਨ ਕਿ ਸਾਡਾ ਕ੍ਰਿਸ਼ਨ ਜੀ ਨਾਲ ਕੋਈ ਵਾਸਤਾ ਨਹੀਂ ਹੈ ਸਾਧ ਸੰਗਤ ਜੀ ਵਾਸਤਾ ਕਿਉਂ ਨਹੀਂ ਹੈ ਜਦ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਦੇਵੀ-ਦੇਵਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਰੇ ਸਿੱਖਾਂ ਨੂੰ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਮੰਨਣਾ ਤਾਂ ਅੰਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ ਪਰ ਸਤਿਕਾਰ ਸਾਰੇ ਦੇਵੀ-ਦੇਵਤਿਆਂ ਦਾ ਕਰਨਾ ਹੈ ਜਿਸ ਤਰ੍ਹਾਂ ਆਪਾਂ ਘਰ ਵਿੱਚ ਵੱਡੇ-ਵਡੇਰਿਆਂ ਦਾ ਕਰਦੇ ਹਾਂ ਵਾਹੇ ਗੁਰੂ ਵਾਹੇ वाहे गुरु धनवा हे गुरु वाहे गुरु वाहे गुरु वाहे गुरु तन्वा हे गुरु वा वाहे गुरु वाहे गुरु तन वाहे गुरु वाहे गुरु वाहे गुरु वाहे गुरु तन वाहे वाहे गुरु वाहे गुरु वाहे गुरु तन वाहे गुरु वाहे गुरु वाहे गुरु वाहे धनवा गुरु वाहे गुरु वाहे गुरु वाहे गुरु धनवा गुरु वाहे गुरु वा वाहे गुरु तन्वा हे गुरु वाहे गुरु वाहे गुरु वाहे हे गुरु तन्वाहे गुरु वा वाहे गुरु वाहे गुरु धनवा हे गुरु वाहे गुरु वाहे गुरु वाहे गुरु धनवा गुरु वाहे गुरु वाहे गुरु वाहे गुरु धन्वा गुरु वाहे गुरु वा वाहे गुरु धनवा हे गुरु वाहे गुरु वाहे गुरु वाहे गुरु धनवा हे गुरु, गुरु वा वाहे गुरु वाहे गुरु तन वाहे गुरु वाहे गुरु वाहे गुरु वाहे गुरु धन्वाहे गुरु वाहे गुरु वाहे गुरु वाहे गुरु धनवा गुरु वाहे गुरु वा वाहे गुरु धनवा हे गुरु वाहे गुरु वाहे गुरु वाहे हे गुरु धन्वाहे गुरु वा ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ